ਸਰਦਾਰ ਸੁਰਜੀਤ ਸਿੰਘ ਬਰਨਾਲਾ ਨੂੰ ਸੁਣੀਏ, ਸਿੱਖ ਐਜੂਕੇਸ਼ਨ ਸੁਸਾਇਟੀ ਵੱਲੋਂ ਉਹਨਾਂ ਨੂੰ ਅਤੇ ਹੋਰ ਜੋ ਅੱਜ ਅਸੀਂ ਸਰਦਾਰ ਸਵਰਨ ਸਿੰਘ ਬੋਪਾ ਰਾਏ ਹੋਰਾਂ ਨੂੰ ਇਸ ਪ੍ਰਧਾਨਗੀ ਲਈ ਇਹ ਸੈਮੀਨਾਰ ਦੀ ਸੱਦਿਆ, ਉਹਨਾਂ ਨੂੰ ਅਸੀਂ ਸਿਮਰਤੀ ਚਿੰਨ੍ਹ ਪ੍ਰਦਾਨ ਕਰਾਂਗੇ। ਇਹ ਸਿਮਰਤੀ ਚਿੰਨ੍ਹ ਪ੍ਰਦਾਨ ਕਰਨਗੇ ਸਿੱਖ ਐਜੂਕੇਸ਼ਨ ਸੁਸਾਇਟੀ ਦੇ ਪ੍ਰਧਾਨ ਸਰਦਾਰ ਗੁਰਦੇਵ ਸਿੰਘ ਬਰਾੜ ਅਤੇ ਸਰਦਾਰ ਭਰਪੂਰ ਸਿੰਘ। ਮੈਂ ਬੇਨਤੀ ਕਰਾਂਗਾ ਮਾਣਯੋਗ ਵਰਿੰਦਰ ਸਾਹਿਬ ਨੂੰ ਕਿ ਉਹ ਸਾਡੇ ਅੱਜ ਦੇ ਸਮਾਗਮ ਦੀ ਪ੍ਰਧਾਨਗੀ ਕਰ ਰਹੇ ਸਰਦਾਰ ਸਵਰਨ ਸਿੰਘ ਬੋਪਾ ਰਾਏ ਨੂੰ ਸੁਸਾਇਟੀ ਵੱਲੋਂ ਸਨਮਾਨ ਚਿੰਦੇ ਦੋ ਮੈਂ ਸਿਰਫ ਬਰਨਾਲਾ ਸਾਹਿਬ ਦੇ ਹੋਰ ਰਹਿਣੇ ਨੇ। ਸਾਡੇ ਅੱਜ ਦੇ ਜਿਹੜੇ ਪੇਪਰ ਪ੍ਰਜੈਂਟਰ ਸੀਗੇ ਡਾਕਟਰ ਜਗਮੇਲ ਸਿੰਘ ਜੀ, ਉਹਨਾਂ ਨੂੰ ਸਰੋਪਾ ਦੇ ਕੇ ਸਨਮਾਨਿਤ ਕਰਨਗੇ। ਡਾਕਟਰ ਹਰਨਾਮ ਸਿੰਘ ਸ਼ਾਨ ਜੀ ਵੀ ਨਾਲ ਹੋ ਜਾਣ, ਡਾਕਟਰ ਦਰਸ਼ਨ ਸਿੰਘ ਜੀ ਅਤੇ ਨਾਲ ਹੀ ਡਾਕਟਰ ਤੇਜਵੰਤ ਸਿੰਘ ਗਿੱਲ ਜੀ, ਗੁਰੂ ਸਾਹਿਬ ਜੀ ਬਖਸ਼ਿਸ਼ ਸਰੋਪਾ ਪ੍ਰਾਪਤ ਕਰਨ ਅੱਜ ਦੇ ਮੁੱਖ ਮਹਿਮਾਨ ਤੋਂ। ਪਰਿਵਾਰ ਵੱਲੋਂ ਇਸ ਦੇ ਨਾਲ ਹੀ ਡਾਕਟਰ ਤੇਜਵੰਤ ਸਿੰਘ ਜੀ ਨੂੰ ਸਨਮਾਨਿਤ ਕਰ ਰਹੇ ਨੇ ਗੁਰਦਰ ਸਾਹਿਬ ਤੇ ਪਰਿਵਾਰ ਵੱਲੋਂ ਸਰਦਾਰ ਸੁਖਦੇਵ ਸਿੰਘ ਤੇ ਦੋਹਾਂ ਨੇ ਬੇਨਤੀ ਕੀਤੀ ਹੈ ਕਿ ਭਾਈ ਸਾਹਿਬ ਭਾਈ ਕਾਹਨ ਸਿੰਘ ਨਾਭਾ ਦੇ ਇਸ ਸੈਮੀਨਾਰ ਨੂੰ ਪੂਰਨ ਸਹਿਯੋਗ ਦੇਣ ਵਾਸਤੇ ਗੁਰਦਰ ਸਾਹਿਬ ਸਨਮਾਨਿਤ ਕਰਨਗੇ ਪਰਿਵਾਰ ਵੱਲੋਂ ਸਰਦਾਰ ਗੁਰਦੇਵ ਸਿੰਘ ਬਰਾੜ ਪ੍ਰਧਾਨ ਸਿੱਖ ਐਜੂਕੇਸ਼ਨ ਸੁਸਾਇਟੀ ਨੂੰ। ਦੂਜਾ ਸਨਮਾਨ ਸਰਦਾਰ ਭਰਪੂਰ ਸਿੰਘ ਸਕੱਤਰ ਸਿੱਖ ਐਜੂਕੇਸ਼ਨ ਸੁਸਾਇਟੀ ਨੂੰ ਭਾਈ ਸਾਹਿਬ ਦੇ ਪਰਿਵਾਰ ਵੱਲੋਂ ਬਰਨਾਲਾ ਸਾਹਿਬ ਦੇਣਗੇ। ਬਰਨਾਲਾ ਸਾਹਿਬ ਨੂੰ ਰਾਜ ਤੇ ਬੈਠੇ ਹੀ ਇੱਕ ਸਰਦਾਰ ਨਰਿੰਦਰ ਸਿੰਘ ਨਰਗਿਸ ਸਰ ਵੀ ਯੂਕੇ ਤੋਂ ਆਏ ਨੇ, ਆਪਣੀ ਲਿਖੀ ਪੁਸਤਕ ਭੇਟ ਕਰਨਾ ਚਾਹੁੰਦੇ ਨੇ ਸਰਦਾਰ ਨਰਿੰਦਰ ਸਿੰਘ ਨਰਗਿਸ।